Assalamualaikum guys, it's your boy Raja and the Phoon Phaan today. Aaj di Phoon Phaan yaar ik badi na funny ji Phoon Phaan hai. Funny ji Phoon Phaan is waste hai ke aksar banda na jadon pardesh vich janda ya kise mulk vich janda Europe ho gaya, England ho gaya, Middle East ho gaya, America ho gaya, kire vi ho gaya. Utthe na ਕੁਝ ਜੀਆਂ ਵਿੱਚੋਂ ਨਾ ਕੁਝ ਬੰਦਿਆਂ ਵਿੱਚੋਂ ਕੁਝ ਐਸੇ ਬੰਦੇ ਹੁੰਦੇ ਜਿਹੜੇ ਡਰਾਉਂਦੇ ਰਹਿੰਦੇ ਉਹਨਾਂ ਦਾ ਕੰਮ ਹੋਣਾ ਡਰਾਉਣਾ ਹੁਣ ਡਰਾਉਣਾ ਕਿਸ ਤਰ੍ਹਾਂ ਇੰਜ ਨਾ ਕਰਿਆ ਪੁਲਿਸ ਪਕੜ ਲੈ ਸੀਗਾ ਉਂਝ ਨਾ ਕਰਿਆ ਪੁਲਿਸ ਪਕੜ ਲੈ ਸੀਗਾ ਯੇ ਨਾ ਕਰਿਆ ਪੁਲਿਸ ਪਕੜ ਲੈ ਸੀਗਾ ਵੋ ਨਾ ਕਰਿਆ ਪੁਲਿਸ ਪਕੜ ਲੈ ਸੀਗਾ ਐਵੇਂ ਡਰਾਉਂਦੇ ਰਹਿੰਦੇ ਤੁਸੀਂ ਨਾ ਵੀ ਕੁਝ ਕਰੋ ਨਾ ਤੁਹਾਨੂੰ ਪਹਿਲਾਂ ਹੀ ਨਾ ਦਿਮਾਗ ਵਿੱਚ ਤੁਹਾਡੇ ਨਾਲ ਡਰ ਬਲਣਾ ਸ਼ੁਰੂ ਕਰ ਦਿੰਦੇ ਇਹੋ ਜਿਹੇ ਬੰਦਿਆਂ ਦੀ ਜਿਹੜੀ ਗੱਲ ਆ ਨਾ ਉਹ ਬਿਲਕੁਲ ਹੀ ਨਾ ਸੁਣਿਆ ਕਰੋ ਬਿਲਕੁਲ ਵੀ ਨਾ ਸੁਣਿਆ ਕਰੋ ਯਾਰ ਇਹ ਬੰਦੇ ਜਿਹੜੇ ਹੁੰਦੇ ਨਾ ਇਹ ਆਪ ਡਰੇ ਹੁੰਦੇ ਨੇ ਵਿਚਾਰੇ ਇਹ ਆਪ ਜਿਹੜੇ ਨਾ ਇਹ ਡਰਪੋਕ ਹੁੰਦੇ ਇਹ ਡਰੇ ਹੁੰਦੇ ਇਹ ਤਾਂ ਡਰਾਉਂਦੇ ਜਦ ਤੱਕ ਤੁਸੀਂ ਕੋਈ ਗਲਤ ਕੰਮ ਨਾ ਕਰਨ ਲੱਗੇ ਤਦ ਤੱਕ ਤੁਹਾਨੂੰ ਕੋਈ ਹੱਥ ਨਹੀਂ ਲਾ ਸਕਦਾ ਕੋਈ ਵੀ ਨਹੀਂ ਲਾ ਸਕਦਾ ਉਹ ਪਾਕਿਸਤਾਨ 'ਚ ਦੋ ਨੰਬਰ ਕਿਸੇ ਵੀ ਜਵਾਨਾਂ ਅੰਦਰ ਕਰ ਸਕਦੇ ਲੇਕਿਨ ਇੱਥੇ ਨਹੀਂ ਕਰਦੇ ਆ ਤੁਹਾਡੇ ਕੋਲ ਪੇਪਰ ਨਹੀਂ ਵੀ ਹੈ ਨਾ ਫਿਰ ਵੀ ਤੁਸੀਂ ਅਗਰ ਫੂੰ ਫਾਂ ਨਾਲ ਰਹਿੰਦੇ ਫਿਰਦੇ ਟੁਰਦੇ ਖਾਂਦੇ ਪੀਂਦੇ ਹੋ ਨਾ ਤਾਂ ਤੁਹਾਨੂੰ ਤਾਂ ਵੀ ਡਰਨ ਦੀ ਲੋੜ ਨਹੀਂ ਹੈ ਤਾਂ ਜਦੋਂ ਤੁਹਾਡੇ ਕੋਲ ਵੀਜ਼ੇ ਆਏ ਨੇ ਜਾਂ ਤੁਹਾਡੀ ਫੂੰ ਫਾਂ ਆਇਆ ਵਾ ਕੰਮ ਕਾਜ ਲੱਗੇ ਉਹ ਤਾਂ ਫਿਰ ਕਾਹਤੋਂ ਡਰਨਾ ਤੁਸੀਂ ਗਲਤ ਕੰਮ ਕਰੋਗੇ ਤਾਂ ਫਿਰ ਤਾਂ ਡਰਨਾ ਚਾਹੀਦਾ ਅਤੇ ਜਦੋਂ ਗਲਤ ਕੰਮ ਨਾ ਕਰਦੇ ਆ ਤਾਂ ਫਿਰ ਨਾ ਡਰੋ ਹੈ ਇਹੋ ਜਿਹੇ ਬੰਦਿਆਂ ਦੀਆਂ ਗੱਲਾਂ ਜਿਹੜੀਆਂ ਨਾ ਸੁਣਿਆ ਹੋ ਇਹ ਬੰਦੇ ਆਪ ਡਰੇ ਹੁੰਦੇ ਆ ਵੇਖੋ ਬੈਠੇ ਹਾਂ ਆਪਾਂ ਇਕੱਲੇ ਹਵਾ ਲਵਾ ਰਹੇ ਹਾਂ ਬੜਾ ਸੋਹਣਾ ਜਿਹਾ ਮੌਸਮ ਹੈ ਹਲਕੀ ਹਲਕੀ ਹਵਾ ਚੱਲ ਰਹੀ ਹੈ ਹਲਕੀ ਹਲਕੀ ਠੰਡ ਹੈ ਹਲਕੀ ਹਲਕੀ ਗਰਮੀ ਆ ਆਪਾਂ ਬੈਂਚ 'ਤੇ ਬੈਠੇ ਹਾਂ ਸਪੇਨ ਦਾ ਇਸ ਟਾਈਮ ਮੌਸਮ ਜਿਹੜਾ ਨਾ ਬਹੁਤ ਹੀ ਵਧੀਆ ਜਿਹਾ ਵਾ ਬਹੁਤ ਪਿਆਰਾ ਜਿਹਾ ਬਹੁਤ ਸੋਹਣਾ ਜਿਹਾ ਮਜ਼ਾ ਕਰਨ ਵਾਲਾ ਵਾ ਬਾਹਰ ਬਹਿਣ ਵਾਲਾ ਵਾ ਜਿੱਦਾਂ ਪਾਕਿਸਤਾਨ ਆਵਾਮ ਗਰਮੀਆਂ ਵਿੱਚ ਮੰਜੀਆਂ ਕੋਠਿਆਂ 'ਤੇ ਚਾੜ ਲੈਂਦੀ ਆ ਛੱਤਾਂ 'ਤੇ ਚਾੜ ਲੈਂਦੀ ਆ ਜਾਂ ਡੇਰਿਆਂ 'ਤੇ ਹੋਣ ਤਾਂ ਜ਼ਮੀਆਂ ਵਿੱਚ ਤਾਂ ਹਵਾ ਕ੍ਰੋਸ ਹੁੰਦੀ ਆ ਤਾਂ ਮਜ਼ਾ ਆਉਂਦਾ ਉਹੋ ਜਿਹੀ ਹਵਾ ਚੱਲ ਰਹੀ ਆ ਫੂੰ ਫਾਂ ਵਾਲੀ ਪਾਕਿਸਤਾਨੀ ਹਵਾ ਪਾਕਿਸਤਾਨੀ ਹਵਾ ਚੰਗਾ ਫਿਰ ਇਹੋ ਜਿਹੇ ਬੰਦਿਆਂ ਦੀ ਗੱਲ ਬਿਲਕੁਲ ਵੀ ਨਹੀਂ ਸੁਣਨੀ ਆ ਬਿਲਕੁਲ ਵੀ ਨਹੀਂ ਸੁਣਨੀ ਆ ਇਹ ਜਿਹੜੇ ਬੰਦੇ ਹੁੰਦੇ ਨਾ ਇਹ ਆਪ ਡਰੇ ਹੁੰਦੇ ਅਤੇ ਇਹ ਤੁਹਾਨੂੰ ਡਰਾਉਂਦੇ ਇਹ ਕਰ ਸੋ ਤਾਂ ਮਾਵੇਂ ਫੜ ਲੈ ਸਨ ਉਹ ਕਰ ਸਨ ਤਾਂ ਮਾਵੇਂ ਫੜ ਲੈ ਸਨ ਇਹ ਮੇਰੀ ਇੱਕ ਵੀਡੀਓ ਹੈ ਨਾ ਇੱਕ ਦਿਨ 'ਚ ਤਿੰਨ ਵਾਰੀ ਮਾਵਿਆਂ ਫੜਿਆ ਸੀ ਲੇਕਿਨ ਛੱਡ ਦਿੱਤਾ ਕੋਈ ਗਲਤ ਕੰਮ ਨਾ ਕਰਨ ਲੱਗੇ ਤਾਂ ਤੁਹਾਨੂੰ ਕੁਝ ਵੀ ਨਹੀਂ ਆਖਦੇ ਆ ਜੇ ਗਲਤ ਕੰਮ ਕਰ ਸੋ ਤਾਂ ਫਿਰ ਤਾਂ ਡਰਨਾ ਬਣਦਾ ਤਾਂ ਇਸ ਵਾਸੀ ਗਲਤ ਕੰਮ ਕਰੋ ਹੀ ਨਾ ਉਹਲੇ ਕਰੋ ਜਿਹੜੇ ਪੁਲਿਸ ਤੋਂ ਥਲੜੇ ਮਾਮਲੇ ਦੇ ਹੋਣ ਜਿਹਦੇ 'ਚ ਮਾਮੇ ਇਨਵਾਲਵ ਨਾ ਹੋਣ ਕ੍ਰਾਈਮ ਨਾ ਹੋਵੇ ਫੂੰਫਾਂ ਕਰੋ ਤਾਂ ਇਹੋ ਜਿਹੇ ਬੰਦਿਆਂ ਦੀ ਗੱਲ ਬਿਲਕੁਲ ਨਾ ਸੁਣ ਚੰਗਾ ਫਿਰ ਰੱਬ ਸੁਣਦੇ ਵਾਲਾ ਰੱਬ ਰੱਖਾ